ਮੈਨੂੰ ਲੱਗਦਾ ਕੋਈ ਗੰਦੀ ਚੀਜ਼ ਹੋਊਗੀ। ਉਹ ਨਾ ਯਾਰ, ਕਿਤਾਬਾਂ ਚ ਮਾੜੀਆਂ ਚੀਜ਼ਾਂ ਥੋੜੀ ਪਾਉਣਗੇ। ਓ ਸਰ ਜੀ, ਸਮਝਾਇਓ ਮਾੜਾ ਜਿਹਾ। ਵੀਰੇ, ਸਾਰਿਆਂ ਤੋਂ ਸਸਤੀ ਕਿਹੜੀ ਹੈ ਬਈ? ਲਿਆ 70। 61, 62। ਗੁੱਗੂ। ਹਾਂ ਪੁੱਤ। 70 ਰੁਪਏ ਹੈਗੇ। ਪੱਲੇਦਾਰੀ ਕਰਦੇ ਨੂੰ ਸ਼ਰਮ ਆਉਂਦੀ ਹੈ, ਮੰਗਕੇ ਖਾਂਦੇ ਨੂੰ ਸ਼ਰਮ ਨਹੀਂ ਆਉਂਦੀ। ਜੱਟ PhD ਕਰਕੇ ਪੱਲੇਦਾਰੀ ਕਰੂ ਹੈ? ਅੱਜ ਤੋਂ ਬਾਅਦ ਨਾ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰੀ। ਜੇ ਮੇਰੇ ਨਾਲ ਵਾਲੀ ਸੀਟ ਤੇ ਬਹਿਣਾ ਹੈ ਨਾ, ਤਾਂ ਉਦਨ ਬੈਠੀ ਜਦੋਂ 4 ਪੈਸੇ ਕਮਾਉਣ ਜੋਗਾ ਹੋ ਜਾਏਗਾ। ਜਿੰਨਾ ਖਰਚਾ ਮੈਂ ਤੇਰੀ ਪੜ੍ਹਾਈ ਤੇ ਕਰਤਾ ਨਾ, ਜਿੱਦਣ ਵਿਆਹ ਸਮੇਤ ਮੋੜਨ ਜੋਗਾ ਹੋ ਗਿਆ, ਉਦਨ ਮੂੰਹ ਦਿਖਾਈ ਮੈਨੂੰ ਆ ਕੇ। ਨਕੰਮਿਆਂ ਤੇ ਬਿਲੜਾਂ ਨੂੰ ਤਾਂ ਧਰਤੀ ਵੀ ਜਗ੍ਹਾ ਨਹੀਂ ਦਿੰਦੀ, ਘਰਦਿਆਂ ਨੇ ਤਾਂ ਕੀ ਦੇਣੀ। ਮੈਨੂੰ ਮੇਰੀ 12 ਸਾਲ ਦੀ ਫੀਸ ਵਾਪਸ ਚਾਹੀਦੀ ਹੈ। ਜੇ ਤੈਨੂੰ ਨੌਕਰੀ ਨਹੀਂ ਮਿਲੀ ਤਾਂ ਉਹਦਾ ਠੀਕਰਾ ਟੀਚਰਾਂ ਸਿਰ ਭੰਨੇਗਾ। ਭੰਨਣਾ ਨਹੀਂ, ਭੰਨਤਾ। ਅੱਜ ਸਕੂਲ ਵਿੱਚ ਜੱਗਾ ਵਰਸਸ ਟੀਚਰ ਦੇ ਕੇਸ ਦਾ ਟ੍ਰਾਇਲ ਹੋਣ ਜਾ ਰਿਹਾ ਤੇ ਜੱਗੇ ਨੂੰ ਇਹ ਕੇਸ ਜਿੱਤਣ ਲਈ ਹਰੇਕ ਸਵਾਲ ਦਾ ਗਲਤ ਜਵਾਬ ਦੇਣਾ ਹੋਵੇਗਾ। ਕੱਲ ਉਹਦੇ ਹਰ ਗਲਤ ਜਵਾਬ ਨੂੰ ਹਰ ਹੀਲੇ ਸਹੀ ਸਾਬਿਤ ਕਰਨਾ ਪੈਣਾ। ਇਹ ਦੱਸੋ, ਪੰਜਾਬ ਦੀ ਰਾਜਧਾਨੀ ਕਿਹੜੀ? ਸ਼ਹੀਦੇ ਮੁਹੱਬਤ ਬੂਟਾ ਸਿੰਘ। ਹੈਂ? ਜੇ ਉਹਦੇ ਪੈਸੇ ਵਾਪਸ ਕਰਤੇ, ਬਾਹਰ ਲਾਈਨਾਂ ਲੱਗ ਜਾਣੀਆਂ ਪੈਸੇ ਲੈਣ ਵਾਲਿਆਂ ਦੀਆਂ। ਪੂਰੇ ਦੇਸ਼ ਦੇ ਟੀਚਰਾਂ ਦੀ ਇੱਜ਼ਤ ਦਾ ਸਵਾਲ ਹੈ। I want my fee of those wasteful 12 years back right now. You are not obediently ਜੇ ਇੱਕ ਚਾਹ ਬਣਾਉਣ ਵਾਲਾ ਬੰਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਤਾਂ ਪਕੌੜੇ ਤਲਣ ਵਾਲਾ MLA ਨਹੀਂ ਬਣ ਸਕਦਾ। ਆਹੋ ਠੀਕ ਹੈ, ਦੋਨੋਂ ਜਣੇ ਛੜੇ ਛੜੇ ਹੋ ਜਾਓਗੇ।